ਮਾਸ਼ਾਅੱਲਾ ਜੀ, ਬੰਪਰ ਤੇ ਸ਼ੌਕੀਨ ਬੰਦੇ ਹੀ ਖਰਚਾ ਕਰ ਸਕਦੇ। ਸਪੈਸ਼ਲ ਐਡੀਸ਼ਨ 2023 ਮਾਡਲ। ਇਹ ਹਾਰਨ ਵੀ ਮੈਨੂੰ ਲੱਗਦਾ ਬੜੇ ਤਕੜੇ ਲਾਏ ਹੋਏ। ਮਾਸ਼ਾਅੱਲਾ ਜੀ, ਅਬਾਸ ਭਾਈ ਬੜਾ ਸ਼ੌਕ ਪੂਰਾ ਕੀਤਾ ਜੀ, ਟਰੈਕਟਰ 2023 ਮਾਡਲ। ਇਲੈਕਟ੍ਰੀਸ਼ਨ ਦਾ ਕੰਮ ਹੀ ਅੱਡੇ ਉੱਥੋਂ ਕਿੱਥੇ ਕਰਾਇਆ? ਗੁਜਰੇ ਮੋੜ ਹਰ ਚੀਜ਼ ਦਾ ਉਹਨੂੰ ਫਿੱਟ ਕਰਾ ਕੇ ਲੈਣ ਦੀ ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ। ਅਬਾਸ ਭਾਈ ਕਹਿ ਰਹੇ ਨੇ ਕਿ ਜੀ 2.5 ਲੱਖ ਰੁਪਇਆ ਜਨਾਬ ਸਾਰੇ ਸਮਾਨ 'ਤੇ ਲਾ ਕੇ ਬੈਠੇ ਹਾਂ ਜੀ। ਇਲੈਕਟ੍ਰੀਸ਼ਨ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ, ਦਿਨ ਦਾ ਟਾਈਮ ਹੈ, ਨਹੀਂ ਤਾਂ ਤੁਹਾਨੂੰ ਅੰਦਾਜ਼ਾ ਹੁੰਦਾ ਕਿ ਭਾਣੇ ਦੇ ਅੰਦਰ ਵੀ ਮਾਸ਼ਾਅੱਲਾ ਸ਼ੌਕ ਕੀਤਾ ਜਾਂਦਾ। ਉਹ ਅਲੱਗ ਗੱਲ ਹੈ ਕਿ ਜ਼ਿੰਮੇਦਾਰ ਜਿਹੜਾ ਨਾ ਇਸ ਵੇਲੇ ਸਸਤੀ ਕਣਕ ਵੇਚਣ 'ਤੇ ਮਜਬੂਰ ਹੈ। ਸਪੈਸ਼ਲ ਐਡੀਸ਼ਨ 260 2023 ਮਾਡਲ। ਇਹ ਨਾਜ਼ਰੀਨ ਦੇਖ ਸਕਦੇ ਹੋ ਤੁਸੀਂ। ਨਾਜ਼ਰੀਨ, ਇਹ ਤਾਂ ਰਾਤ ਨੂੰ ਲਾਈਟਿੰਗ ਦਾ ਨਜ਼ਾਰਾ ਦੇ ਰਿਹਾ ਜੀ ਟਰੈਕਟਰ। ਮਾਸ਼ਾਅੱਲਾ ਇਸ ਵੇਲੇ ਇਹ ਸੂਰਤ ਹਾਲਤ, ਰਾਤ ਨੂੰ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ, ਇਹ ਹੁੱਕ ਦੇਖ ਸਕਦੇ ਹੋ। ਮਾਸ਼ਾਅੱਲਾ ਜੀ, ਕਿਆ ਬਾਤ, ਜ਼ਬਰਦਸਤ। ਸ਼ੌਕੀਨ ਬੰਦਾ ਹੀ ਇਹ ਕੰਮ ਕਰ ਸਕਦਾ ਜੀ। ਮਾਡਲ 2023, ਸ਼ੌਕ ਦਾ ਕੋਈ ਮੁੱਲ ਨਹੀਂ ਦੋਸਤੋ, ਔਰ ਹੌਸਲੇ ਔਰ ਜਿਗਰੇ ਦੇ ਨਾਲ ਹੀ ਇੰਨਾ ਖਰਚਾ ਕਰ ਹੁੰਦਾ ਜੀ ਟਰੈਕਟਰ ਲੈ ਕੇ, ਨਵਾਂ 0 ਮੀਟਰ ਲੈ ਕੇ ਫਿਰ ਉਹਦੇ 'ਤੇ ਇੰਨਾ ਖਰਚਾ ਕਰਨਾ, ਕਿਉਂਕਿ ਹਰ ਬੰਦਾ ਸਰਮਾਏਦਾਰ ਨਹੀਂ ਹੁੰਦਾ, ਮਜ਼ਦੂਰ ਵਾਸਤੇ ਮਿਹਨਤ, ਕਿਉਂਕਿ ਬੇਸਿਕਲੀ ਕਿਸਾਨ ਜਿਹੜੇ ਨੇ ਥੋੜ੍ਹੀਆਂ ਜ਼ਮੀਨਾਂ ਰੱਖਦੇ ਨੇ ਅਤੇ ਉਹਨਾਂ ਵਾਸਤੇ ਤਾਂ ਇਹ ਖਰਚਾ ਬਹੁਤ ਜ਼ਿਆਦਾ ਨੇ ਜੀ। ਸਰਮਾਏਦਾਰ ਅਤੇ ਖੈਰ ਲੈਂਡਲੋਰਡ ਜਿਹੜੇ ਨੇ ਉਹਨਾਂ ਦੀ ਤਾਂ ਅਸੀਂ ਗੱਲ ਹੀ ਨਹੀਂ ਕਰ ਰਹੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਕਿਆ ਬਾਤ। ਅਬਾਸ ਭਾਈ, ਕਿਹੜਾ ਇਲਾਕਾ ਆਪਣਾ? ਜ਼ਿਲ੍ਹਾ ਜੰਗ। ਔਰ ਇਹ ਬੰਪਰ ਕਿਹੜੀ ਜਗ੍ਹਾ ਤੋਂ ਤਿਆਰ ਕਰਵਾਇਆ? ਬੁਆਣੇ ਦੇ ਵਿੱਚੋਂ। ਕਿਹੜਾ ਕੋਈ ਨਾਮ ਹੈ ਉਹਨਾਂ ਦਾ, ਕਿਹਨਾਂ ਤੋਂ ਬਣਵਾਇਆ? ਅੱਛਾ ਅੱਛਾ, ਠੀਕ ਹੋ। ਮਾਸ਼ਾਅੱਲਾ ਬੜਾ ਖਰਚਾ ਕੀਤਾ ਜੀ, ਕੋਈ ਹੌਸਲਾ ਚਾਹੀਦਾ ਹੁੰਦਾ ਜੀ, ਇੰਨੇ ਪੈਸੇ ਲਾਉਣੇ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਅਤੇ ਇਹ ਕੀ ਮਤਲਬ ਸੋਚ ਕੇ ਸਮਾਨ ਬਾਅਦ ਦੇ ਵਿੱਚ ਲਾ ਲੈਂਦੇ ਹੋ ਜਾਂ ਨਾਲ ਹੀ ਲੱਗਾ ਰਹਿੰਦਾ ਇਸੇ ਤਰ੍ਹਾਂ ਵੇਚ ਦਿੰਦੇ ਹੋ? ਜਿਵੇਂ ਤਿਆਰ ਕਰਵਾਇਆ ਇੰਨੇ ਹੀ ਖਲਾ ਰਹਿੰਦਾ। ਠੀਕ ਹੋ ਗਿਆ। ਅਤੇ ਇਹਦੇ 'ਤੇ ਸਿਰਫ ਟਰਾਲੀ ਦਾ ਕੰਮ ਕਰਦੇ ਹੋ ਜਾਂ ਨਾਲ ਜ਼ਿੰਮੇਦਾਰਾਂ ਵੀ ਕਰਦੇ ਹੋ? ਅਸੀਂ ਸਾਰੇ ਕਰਦੇ ਹਾਂ। ਠੀਕ ਹੋ। ਸ਼ੌਕ ਦਾ ਕੋਈ ਮੋਲ ਨਹੀਂ ਜੀ, ਸ਼ੌਕ ਦਾ ਕਿਹੜਾ ਪੈਸਾ? ਇਹ ਗੱਡੀ ਮਤਲਬ ਨਵੀਂ ਕਢਾਈ ਹੈ ਜਾਂ ਕੁਝ ਚਲਦੀ ਚਲਾਉਂਦੀ ਲਈ? ਜ਼ੀਰੋ ਲਈ। ਜ਼ੀਰੋ। ਮਾਸ਼ਾਅੱਲਾ। ਚਲਾਈ ਦੇ ਹੱਕ ਦੇ ਵਿੱਚ ਸਪੈਸ਼ਲ ਐਡੀਸ਼ਨ ਕਿਸ ਤਰ੍ਹਾਂ ਦਾ ਟਰੈਕਟਰ ਹੈ? ਅੱਛਾ, ਹਲ ਦੇ ਅੰਦਰ ਵੀ ਅਤੇ ਥਰੈਸ਼ਰ ਦੇ ਵਿੱਚ ਉਹੀ 260 ਵਾਲੀ ਪਰਫਾਰਮੈਂਸ ਹੈ ਜਾਂ ਕੋਈ ਡਿਫਰੈਂਸ ਵੀ ਹੈ, ਕੋਈ ਫਰਕ ਵੀ ਹੈ? ਤਬਦੀਲੀ ਹੈ ਜੀ।
ਤਬਦੀਲੀ ਹੈ, ਠੀਕ ਹੋ ਗਿਆ। ਕੋਈ ਗਰਮ ਵਗੈਰਾ ਤਾਂ ਨਹੀਂ ਹੁੰਦਾ? ਹਲਾਂ ਦੇ ਅੰਦਰ ਕੀ ਸੂਰਤ ਹਾਲ ਹੈ? ਹਾਲੇ ਸਹੀ, ਬਿਹਤਰੀਨ ਛਿਕਦਾ ਜੀ, ਛਿਕਾਈ ਸਹੀ ਕਰਿੰਦਾ, ਠੀਕ ਹੋ ਗਿਆ ਜੀ। ਹੁਣ ਤਾਂ ਮੇਰੇ ਖਿਆਲ ਡਿਲੈਕਸ ਆਇਆ ਅਤੇ ਬੜਾ ਮਾਸ਼ਾਅੱਲਾ ਉਹਨਾਂ ਨੇ ਉਹਨੂੰ ਸਪੇਸਰ ਪਾ ਕੇ ਲੰਬਾ ਵੀ ਕੀਤਾ ਟਰੈਕਟਰ ਨੂੰ, ਔਰ ਟਾਇਰ ਵੀ ਗੁੱਡੀ ਵਾਲੇ ਦਿੱਤੇ ਨੇ, ਦੂਜੇ ਪਾਵਰ ਵੀ ਲਾ ਦਿੱਤਾ, ਬਿਲਕੁਲ ਕਾਫੀ ਤਬਦੀਲੀਆਂ ਕੀਤੀਆਂ ਨੇ। ਲੇਕਿਨ ਇਖਤਲਾਫ ਨਾਜ਼ਰੀਨ ਸਾਨੂੰ ਇਹ ਸ਼ੁਰੂ ਤੋਂ ਇਹ ਸੀ ਕਿ ਮਟੀਰੀਅਲ ਇਹਦਾ ਅੱਛਾ ਦੇਣ, ਤਾਂ ਕਿ ਜਿਹੜੇ ਦਰਮਿਆਨ ਦੇ ਵਿੱਚ ਉਹ ਹਿੱਸੇ ਹੁੰਦੇ ਨੇ ਟਰੈਕਟਰ ਦੇ, ਉਹ ਦੇਖ ਕੇ ਜ਼ਿੰਮੇਦਾਰ ਦਾ ਦਿਲ ਟੁੱਟ ਜਾਂਦਾ, ਕਿਉਂਕਿ ਬਹੁਤ ਸਾਰੀ ਸੈਕਰੀਫਾਈਸ ਔਰ ਕੁਰਬਾਨੀ ਦੇ ਕੇ ਪਰਚੇਜ਼ ਕੀਤੀ ਜਾਂਦੀ ਹੈ ਗੱਡੀ। ਅੱਜ ਕੱਲ੍ਹ ਪ੍ਰਾਈਸਿਸ ਤੁਹਾਨੂੰ ਪਤਾ ਹੀ ਹੈ ਨਾਜ਼ਰੀਨ, ਕੀਮਤਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ ਟਰੈਕਟਰ ਦੀਆਂ, ਔਰ ਮਾਸ਼ਾਅੱਲਾ ਜੀ ਦਿਲ ਖੁਸ਼ ਹੋਇਆ ਜੀ। ਟਰੈਕਟਰ ਦੇਖ ਕੇ ਮੇਰਾ ਦਿਲ ਕੀਤਾ ਜੀ, ਅੱਜ ਮੈਂ ਕਿਹਾ ਇਹ ਵੀਡੀਓ ਇਸ ਟਰੈਕਟਰ ਦੀ ਆਪਣੇ ਬਿਨਾਂ ਦੇ ਨਾਲ ਜ਼ਰੂਰ। ਇਹ ਨਾਜ਼ਰੀਨ ਯਾਦ ਰਹੇ ਕਿ ਇਹ ਸਮਾਨ ਜਿਹੜਾ ਸਾਰਾ ਪੁਆਣੇ ਦੇ ਅੰਦਰ ਤਿਆਰ ਕੀਤਾ ਜਾਂਦਾ ਹੈ, ਜਿਹੜਾ ਤੁਹਾਨੂੰ ਦਿਖਾ ਰਹੇ ਕਣਕ ਲੈ ਕੇ ਖੜੇ ਨੇ ਜੀ ਅਬਾਸ ਭਾਈ, ਔਰ ਅੱਜ ਕੱਲ੍ਹ ਕਣਕ ਦੀ ਸੂਰਤ ਹਾਲ ਨਾਜ਼ਰੀਨ ਤੁਹਾਨੂੰ ਪਤਾ ਹੈ ਕਿ ਜ਼ਿੰਮੇਦਾਰ ਨੂੰ ਜਾਣ ਬੁੱਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ। ਜੀ ਨਾਜ਼ਰੀਨ, ਉਮੀਦ ਕਰਦਾ ਕਿ ਮੇਰੇ ਵੀਰਾਂ ਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ। ਨਾਜ਼ਰੀਨ ਤੁਹਾਨੂੰ ਦਿਖਾਉਣਾ ਸੀ, ਮਕਸਦ ਸਿਰਫ ਇੰਨਾ ਸੀ ਕਿ ਜੜ੍ਹਾਂ ਵਾਲੇ ਦੇ ਨਾਲ ਨਾਲ ਫੈਸਲਾਬਾਦ ਦੇ ਅੰਦਰ ਪੁਆਣੇ ਦੇ ਜਿਹੜੇ ਬੰਪਰ ਨੇ ਉਹਨਾਂ ਨੂੰ ਵੀ ਪਸੰਦ ਕੀਤਾ ਜਾਂਦਾ, ਔਰ ਜਿਹਦਾ ਹੌਸਲਾ ਔਰ ਜਿਗਰਾ ਹੁੰਦਾ ਜੀ ਇੰਨਾ ਖਰਚਾ ਟਰੈਕਟਰ ਦੇ ਉੱਤੇ ਉਹੀ ਕਰਦੇ ਨੇ। ਬਾਕੀ ਜ਼ਿੰਮੇਦਾਰਾਂ ਦੀ ਸੂਰਤ ਹਾਲ ਤੁਹਾਨੂੰ ਪਤਾ ਨਾਜ਼ਰੀਨ, 2024 ਦੇ ਵਿੱਚ ਕਣਕ ਦੀ ਕੀ ਸੂਰਤ ਹਾਲ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ। ਮੈਂ ਇਹਦੇ 'ਚ ਕੁਛ ਕਹਾਂ ਤਾਂ ਸ਼ਾਇਦ ਸਾਡੇ ਕੋਲ ਖਤਾ ਹੋ ਜਾਵੇ, ਕਿਉਂਕਿ ਜਜ਼ਬਾਤ ਜਿਹੜੇ ਨੇ ਸਾਡੇ ਉਹ ਅੱਛੇ ਨਹੀਂ ਹੈ ਇਸ ਗੌਰਮੈਂਟ ਦੇ ਹਵਾਲੇ ਨਾਲ। ਇਹਦੇ ਨਾਲ ਹੀ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਤਾਂ ਕਿ ਸਾਡੀ ਹੌਸਲਾ ਅਫਜ਼ਾਈ ਹੁੰਦੀ ਰਹੇ ਅਤੇ ਆਪਣੇ ਵੀਰਾਂ ਵਾਸਤੇ ਇਸ ਤਰ੍ਹਾਂ ਦੀਆਂ ਦਿਲਚਸਪ ਵੀਡੀਓ ਲੈ ਕੇ ਆਉਂਦੇ ਰਹੇ। ਇਹਦੇ ਨਾਲ ਹੀ ਆਪਣੇ ਵੀਰ ਨੂੰ ਇਜਾਜ਼ਤ ਦਿਓ ਜੀ, ਅੱਲਾਹ ਹਾਫਿਜ਼।